ਇਹਦੇ 'ਚ ਜਿਹੜੀ ਕੁਲਵਿੰਦਰ ਕੌਰ ਹੈ ਜੀ ਉੱਥੇ ਪੰਡੋਰੀ ਗੋਲਾ ਪਿੰਡ 'ਚ ਰਹਿੰਦੀ ਹੈ ਅਤੇ ਉਹ ਵੀ ਕਿਸੇ ਤੇ ਕਿਸੇ ਨੇ ਉਹਨੂੰ ਅਡਾਪਟ ਕੀਤਾ ਹੋਇਆ ਉਹਨਾਂ ਦੇ ਨਾਲ ਰਹਿ ਰਹੀ ਹੈ ਅਤੇ ਉਹਦੇ ਉਹਦੇ ਮਾਸੀ ਉਹਦੇ ਮਾਸੀ ਦੇ ਮੁੰਡੇ ਨੇ ਆ ਕੇ ਉਹਦਾ ਉੱਥੇ ਮਰਡਰ ਕਰਤਾ ਇਹਨਾਂ ਦੇ ਪਿੱਛੋਂ ਜਿਹੜਾ ਹਜੇ ਤੱਕ ਵੈਰੀਫਾਈ ਹੋਇਆ ਨਾਲ ਉਹਦੇ ਇੱਕ ਦੋਸਤ ਸੀਗਾ ਔਰ ਕੈਮਰੇ ਦੀ ਫੁਟੇਜ ਵਗੈਰਾ ਵੀ ਸਾਰੀ ਆ ਗਈ ਹੈ ਜਿਹੜਾ ਵੈਪਨ ਹੈ ਦੋਨੋਂ ਅਕਿਊਜ਼ਡ ਫੜ ਲਏ ਗਏ ਆ ਵੈਪਨ ਜਿਹਦੇ ਨਾਲ ਕਤਲ ਹੋਇਆ ਉਹ ਵੀ ਫੜ ਲਿਆ ਗਿਆ ਅਤੇ ਇਹਨਾਂ ਦੀ ਰੰਜਿਸ਼ ਇਹ ਨਿਕਲਦੀ ਹੈ ਕਿ ਕੋਈ ਪ੍ਰੋਪਰਟੀ ਵਗੈਰਾ ਹੈਗਾ ਉਹਦਾ ਡਿਸਪਿਊਟ ਚੱਲ ਰਿਹਾ ਸੀ ਉਹਦੇ ਤਹਿਤ ਇਹ ਜਿਹੜਾ ਕਤਲ ਹੋਇਆ ਇਹਦੇ 'ਚ ਜਿਹੜੀ ਕੁਲਵਿੰਦਰ ਕੌਰ ਹੈ ਜੀ ਉੱਥੇ ਪੰਡੋਰੀ ਗੋਲਾ ਪਿੰਡ 'ਚ ਰਹਿੰਦੀ ਹੈ ਅਤੇ ਉਹ ਵੀ ਕਿਸੇ ਤੇ ਕਿਸੇ ਨੇ ਉਹਨੂੰ ਅਡਾਪਟ ਕੀਤਾ ਹੋਇਆ ਉਹਨਾਂ ਦੇ ਨਾਲ ਰਹਿ ਰਹੀ ਹੈ ਅਤੇ ਉਹਦੇ ਉਹਦੇ ਮਾਸੀ ਉਹਦੇ ਮਾਸੀ ਦੇ ਮੁੰਡੇ ਨੇ ਆ ਕੇ ਉਹਦਾ ਉੱਥੇ ਮਰਡਰ ਕਰਤਾ ਇਹਨਾਂ ਦੇ ਪਿੱਛੋਂ ਜਿਹੜਾ ਹਜੇ ਤੱਕ ਵੈਰੀਫਾਈ ਹੋਇਆ ਨਾਲ ਉਹਦੇ ਇੱਕ ਦੋਸਤ ਸੀਗਾ ਔਰ ਕੈਮਰੇ ਦੀ ਫੁਟੇਜ ਵਗੈਰਾ ਵੀ ਸਾਰੀ ਆ ਗਈ ਹੈ ਜਿਹੜਾ ਵੈਪਨ ਹੈ ਦੋਨੋਂ ਅਕਿਊਜ਼ਡ ਫੜ ਲਏ ਗਏ ਆ ਵੈਪਨ ਜਿਹਦੇ ਨਾਲ ਕਤਲ ਹੋਇਆ ਉਹ ਵੀ ਫੜ ਲਿਆ ਗਿਆ ਅਤੇ ਇਹਨਾਂ ਦੀ ਰੰਜਿਸ਼ ਇਹ ਨਿਕਲਦੀ ਹੈ ਕਿ ਕੋਈ ਪ੍ਰੋਪਰਟੀ ਵਗੈਰਾ ਹੈਗਾ ਉਹਦਾ ਡਿਸਪਿਊਟ ਚੱਲ ਰਿਹਾ ਸੀ ਉਹਦੇ ਤਹਿਤ ਇਹ ਜਿਹੜਾ ਕਤਲ ਹੋਇਆ ਇਹਦੇ 'ਚ ਜਿਹੜੀ ਕੁਲਵਿੰਦਰ ਕੌਰ ਹੈ ਜੀ ਉੱਥੇ ਪੰਡੋਰੀ ਗੋਲਾ ਪਿੰਡ 'ਚ ਰਹਿੰਦੀ ਹੈ ਅਤੇ ਉਹ ਵੀ ਕਿਸੇ ਤੇ ਕਿਸੇ ਨੇ ਉਹਨੂੰ ਅਡਾਪਟ ਕੀਤਾ ਹੋਇਆ ਉਹਨਾਂ ਦੇ ਨਾਲ ਰਹਿ ਰਹੀ ਹੈ ਅਤੇ ਉਹਦੇ ਉਹਦੇ ਮਾਸੀ ਉਹਦੇ ਮਾਸੀ ਦੇ ਮੁੰਡੇ ਨੇ ਆ ਕੇ ਉਹਦਾ ਉੱਥੇ ਮਰਡਰ ਕਰਤਾ ਇਹਨਾਂ ਦੇ ਪਿੱਛੋਂ ਜਿਹੜਾ ਹਜੇ ਤੱਕ ਵੈਰੀਫਾਈ ਹੋਇਆ ਨਾਲ ਉਹਦੇ ਇੱਕ ਦੋਸਤ ਸੀਗਾ ਔਰ ਕੈਮਰੇ ਦੀ ਫੁਟੇਜ ਵਗੈਰਾ ਵੀ ਸਾਰੀ ਆ ਗਈ ਹੈ ਜਿਹੜਾ ਵੈਪਨ ਹੈ ਦੋਨੋਂ ਅਕਿਊਜ਼ਡ ਫੜ ਲਏ ਗਏ ਆ ਵੈਪਨ ਜਿਹਦੇ ਨਾਲ ਕਤਲ ਹੋਇਆ ਉਹ ਵੀ ਫੜ ਲਿਆ ਗਿਆ ਅਤੇ ਇਹਨਾਂ ਦੀ ਰੰਜਿਸ਼ ਇਹ ਨਿਕਲਦੀ ਹੈ ਕਿ ਕੋਈ ਪ੍ਰੋਪਰਟੀ ਵਗੈਰਾ ਹੈਗਾ ਉਹਦਾ ਡਿਸਪਿਊਟ ਚੱਲ ਰਿਹਾ ਸੀ ਉਹਦੇ ਤਹਿਤ ਇਹ ਜਿਹੜਾ ਕਤਲ ਹੋਇਆ ਇਹਦੇ 'ਚ ਜਿਹੜੀ ਕੁਲਵਿੰਦਰ ਕੌਰ ਹੈ ਜੀ ਉੱਥੇ ਪੰਡੋਰੀ ਗੋਲਾ ਪਿੰਡ 'ਚ ਰਹਿੰਦੀ ਹੈ ਅਤੇ ਉਹ ਵੀ ਕਿਸੇ ਤੇ ਕਿਸੇ ਨੇ ਉਹਨੂੰ ਅਡਾਪਟ ਕੀਤਾ ਹੋਇਆ ਉਹਨਾਂ ਦੇ ਨਾਲ ਰਹਿ ਰਹੀ ਹੈ ਅਤੇ ਉਹਦੇ ਉਹਦੇ ਮਾਸੀ ਉਹਦੇ ਮਾਸੀ ਦੇ ਮੁੰਡੇ ਨੇ ਆ ਕੇ ਉਹਦਾ ਉੱਥੇ ਮਰਡਰ ਕਰਤਾ ਇਹਨਾਂ ਦੇ ਪਿੱਛੋਂ ਜਿਹੜਾ ਹਜੇ ਤੱਕ ਵੈਰੀਫਾਈ ਹੋਇਆ ਨਾਲ ਉਹਦੇ ਇੱਕ ਦੋਸਤ ਸੀਗਾ ਔਰ ਕੈਮਰੇ ਦੀ ਫੁਟੇਜ ਵਗੈਰਾ ਵੀ ਸਾਰੀ ਆ ਗਈ ਹੈ ਜਿਹੜਾ ਵੈਪਨ ਹੈ ਦੋਨੋਂ ਅਕਿਊਜ਼ਡ ਫੜ ਲਏ ਗਏ ਆ ਵੈਪਨ ਜਿਹਦੇ ਨਾਲ ਕਤਲ ਹੋਇਆ ਉਹ ਵੀ ਫੜ ਲਿਆ ਗਿਆ ਅਤੇ ਇਹਨਾਂ ਦੀ ਰੰਜਿਸ਼ ਇਹ ਨਿਕਲਦੀ ਹੈ ਕਿ ਕੋਈ ਪ੍ਰੋਪਰਟੀ ਵਗੈਰਾ ਹੈਗਾ ਉਹਦਾ ਡਿਸਪਿਊਟ ਚੱਲ ਰਿਹਾ ਸੀ ਉਹਦੇ ਤਹਿਤ ਇਹ ਜਿਹੜਾ ਕਤਲ ਹੋਇਆ ਇਹਦੇ 'ਚ ਜਿਹੜੀ ਕੁਲਵਿੰਦਰ ਕੌਰ ਹੈ ਜੀ ਉੱਥੇ ਪੰਡੋਰੀ ਗੋਲਾ ਪਿੰਡ 'ਚ ਰਹਿੰਦੀ ਹੈ ਅਤੇ ਉਹ ਵੀ ਕਿਸੇ ਤੇ ਕਿਸੇ ਨੇ ਉਹਨੂੰ ਅਡਾਪਟ ਕੀਤਾ ਹੋਇਆ ਉਹਨਾਂ ਦੇ ਨਾਲ ਰਹਿ ਰਹੀ ਹੈ ਅਤੇ ਉਹਦੇ ਉਹਦੇ ਮਾਸੀ ਉਹਦੇ ਮਾਸੀ ਦੇ ਮੁੰਡੇ ਨੇ ਆ ਕੇ ਉਹਦਾ ਉੱਥੇ ਮਰਡਰ ਕਰਤਾ ਇਹਨਾਂ ਦੇ ਪਿੱਛੋਂ ਜਿਹੜਾ ਹਜੇ ਤੱਕ ਵੈਰੀਫਾਈ ਹੋਇਆ ਨਾਲ ਉਹਦੇ ਇੱਕ ਦੋਸਤ ਸੀਗਾ ਔਰ ਕੈਮਰੇ ਦੀ ਫੁਟੇਜ ਵਗੈਰਾ ਵੀ ਸਾਰੀ ਆ ਗਈ ਹੈ ਜਿਹੜਾ ਵੈਪਨ ਹੈ ਦੋਨੋਂ ਅਕਿਊਜ਼ਡ ਫੜ ਲਏ ਗਏ ਆ ਵੈਪਨ ਜਿਹਦੇ ਨਾਲ ਕਤਲ ਹੋਇਆ ਉਹ ਵੀ ਫੜ ਲਿਆ ਗਿਆ ਅਤੇ ਇਹਨਾਂ ਦੀ ਰੰਜਿਸ਼ ਇਹ ਨਿਕਲਦੀ ਹੈ ਕਿ ਕੋਈ ਪ੍ਰੋਪਰਟੀ ਵਗੈਰਾ ਹੈਗਾ ਉਹਦਾ ਡਿਸਪਿਊਟ ਚੱਲ ਰਿਹਾ ਸੀ ਉਹਦੇ ਤਹਿਤ ਇਹ ਜਿਹੜਾ ਕਤਲ ਹੋਇਆ ਇਹਦੇ 'ਚ ਜਿਹੜੀ ਕੁਲਵਿੰਦਰ ਕੌਰ ਹੈ ਜੀ ਉੱਥੇ ਪੰਡੋਰੀ ਗੋਲਾ ਪਿੰਡ 'ਚ ਰਹਿੰਦੀ ਹੈ ਅਤੇ ਉਹ ਵੀ ਕਿਸੇ ਤੇ ਕਿਸੇ ਨੇ ਉਹਨੂੰ ਅਡਾਪਟ ਕੀਤਾ ਹੋਇਆ ਉਹਨਾਂ ਦੇ ਨਾਲ ਰਹਿ ਰਹੀ ਹੈ ਅਤੇ ਉਹਦੇ ਉਹਦੇ ਮਾਸੀ ਉਹਦੇ ਮਾਸੀ ਦੇ ਮੁੰਡੇ ਨੇ ਆ ਕੇ ਉਹਦਾ ਉੱਥੇ ਮਰਡਰ ਕਰਤਾ ਇਹਨਾਂ ਦੇ ਪਿੱਛੋਂ ਜਿਹੜਾ ਹਜੇ ਤੱਕ ਵੈਰੀਫਾਈ ਹੋਇਆ ਨਾਲ ਉਹਦੇ ਇੱਕ ਦੋਸਤ ਸੀਗਾ ਔਰ ਕੈਮਰੇ ਦੀ ਫੁਟੇਜ ਵਗੈਰਾ ਵੀ ਸਾਰੀ ਆ ਗਈ ਹੈ ਜਿਹੜਾ ਵੈਪਨ ਹੈ ਦੋਨੋਂ ਅਕਿਊਜ਼ਡ ਫੜ ਲਏ ਗਏ ਆ ਵੈਪਨ ਜਿਹਦੇ ਨਾਲ ਕਤਲ ਹੋਇਆ ਉਹ ਵੀ ਫੜ ਲਿਆ ਗਿਆ ਅਤੇ ਇਹਨਾਂ ਦੀ ਰੰਜਿਸ਼ ਇਹ ਨਿਕਲਦੀ ਹੈ ਕਿ ਕੋਈ ਪ੍ਰੋਪਰਟੀ ਵਗੈਰਾ ਹੈਗਾ ਉਹਦਾ ਡਿਸਪਿਊਟ ਚੱਲ ਰਿਹਾ ਸੀ ਉਹਦੇ ਤਹਿਤ ਇਹ ਜਿਹੜਾ ਕਤਲ ਹੋਇਆ